ਅਨਾਜ ਮੰਡੀ ਸਰਹੰਦ ਵਿਖੇ ਵਿਧਾਇਕ ਲਖਬੀਰ ਸਿੰਘ ਰਾਏ ਦੇ ਵੱਲੋਂ ਅੱਜ ਹਾੜੀ ਦੀ ਫਸਲ ਦੀ ਖਰੀਦ ਸ਼ੁਰੂ ਕਰਵਾਈ ਗਈ। ਜ਼ਿਕਰਯੋਗ ਹੈ ਕਿ ਵਿਧਾਇਕ ਲਖਬੀਰ ਸਿੰਘ ਰਾਏ ਨੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਮੰਡੀਆਂ ਦੇ ਵਿੱਚ ਹੁਣ ਕਿਸਾਨਾਂ ਦੇ ਲਈ ਚੰਗੀਆਂ ਸਹੂਲਤਾਂ ਬਣਾਈਆਂ ਜਾ ਰਹੀਆਂ ਨੇ ਅਤੇ ਕਿਸਾਨਾਂ ਦੇ ਲਈ ਬੈਠਣ ਅਤੇ ਪੀਣ ਵਾਲੇ ਪਾਣੀ ਦਾ ਖਾਸ ਪ੍ਰਬੰਧ ਵੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਮੰਡੀਆਂ ਦੇ ਵਿੱਚੋਂ ਚੁੱਕਿਆ ਜਾਵੇਗਾ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਇਸ ਵਾਰ ਨਹੀਂ ਕਰਨਾ ਪਵੇਗਾ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਦੀ ਮੰਡੀਆਂ ਦੇ ਵਿੱਚ ਸਹੂਲਤਾਂ ਦਾ ਇਸ ਵਾਰ ਵਿਸ਼ੇਸ਼ ਤੌਰ 'ਤੇ ਖਿਆਲ ਰੱਖਿਆ ਜਾ ਰਿਹਾ ਹੈ। ਅੱਜ ਅਸੀਂ ਅਨਾਜ ਮੰਡੀ ਸਰਹੰਦ ਵਿਖੇ ਜਿਹੜੀ ਕਣਕ ਦੀ ਬੋਲੀ ਦੀ ਸ਼ੁਰੂਆਤ ਕਰਾਈ ਹੈ, ਸਾਡੇ ਅਫਸਰ ਸਾਹਿਬਾਨ, ਸਾਡੇ ਚੇਅਰਮੈਨ ਅਤੇ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਹਿਬਾਨ, ਸਾਡੇ ਕਿਸਾਨ ਵੀਰ, ਪ੍ਰੈਸ ਵਾਲੇ ਸੀ, ਸਾਰੇ ਇਕੱਠੇ ਹੋ ਕੇ ਅੱਜ ਇੱਕ ਜਿਹੜਾ ਕਹਿੰਦੇ ਹੁੰਦੇ ਆ ਮਹੂਰਤ ਕੀਤਾ, ਇੱਕ ਸ਼ਗਨ ਹੁੰਦਾ ਲੱਡੂਆਂ ਦਾ, ਉਹ ਸਾਰਿਆਂ ਨੇ ਰਲ ਮਿਲ ਕੇ ਕੀਤਾ ਅਤੇ ਅਸੀਂ ਸਭ ਨੂੰ ਵਿਸ਼ਵਾਸ ਦਵਾਇਆ ਜਿੰਨੇ ਵੀ ਸਾਡੇ ਕਿਸਾਨ ਵੀਰ ਨੇ, ਆੜ੍ਹਤੀ ਨੇ, ਕਿ ਇਹ ਸਰਕਾਰ ਤੁਹਾਡੀ ਸਰਕਾਰ ਹੈ, ਕਿਸਾਨਾਂ ਦੀ, ਆਮ ਲੋਕਾਂ ਦੀ, ਆੜ੍ਹਤੀ ਦੀ, ਸਾਰੇ ਵਰਗਾਂ ਦੀ ਸਰਕਾਰ ਹੈ ਕਿ ਅਸੀਂ ਨਾ ਤਾਂ ਕਿਸਾਨ ਨੂੰ ਕੋਈ ਮੁਸ਼ਕਿਲ ਆਉਣ ਦੇਣੀ ਹੈ, ਮੰਡੀ 'ਚ ਸਾਰੇ ਇੰਤਜ਼ਾਮ ਕਰ ਲਏ, ਆੜ੍ਹਤੀ ਵੀਰਾਂ ਨੂੰ ਵੀ ਜੇ ਪ੍ਰੋਬਲਮ ਆ ਜਾਂ ਸੁਣੀਆਂ, ਐਸ ਡੀ ਐਮ ਸਾਹਿਬ ਬੈਠੇ ਸੀ, ਉਹਨਾਂ ਨੇ ਭਰੋਸਾ ਦਵਾਇਆ ਵੀ ਕੋਈ ਅਸੀਂ ਇੱਥੇ ਪ੍ਰੋਬਲਮ ਨਹੀਂ ਆਉਣ ਦੇਵਾਂਗੇ। ਪਿੱਛੇ ਬਹੁਤ ਵਧੀਆ ਸੀਜ਼ਨ, ਜਿਹੜਾ ਝੋਨੇ ਦਾ ਸੀਜ਼ਨ ਸੀ, ਬਹੁਤ ਵਧੀਆ ਸੀਜ਼ਨ ਲੱਗਿਆ ਸੀ ਅਤੇ ਇਸ ਵਾਰ ਉਮੀਦ ਹੈ ਸਾਨੂੰ ਕਿ ਜਿਹੜਾ ਸਾਡਾ ਕਣਕ ਦਾ ਸੀਜ਼ਨ ਹੈ, ਜਿਹੜਾ ਹਾੜੀ ਦਾ ਸੀਜ਼ਨ ਹੈ, ਬਹੁਤ ਵਧੀਆ ਰਹੂਗਾ। ਇਹ ਠੀਕ ਹੈ ਕਿ ਸਾਨੂੰ ਸਾਡੇ ਕਿਸਾਨਾਂ ਨੂੰ ਮਾਰ ਪਈ ਹੈ ਔਰ ਸਰਕਾਰ ਉਹਨਾਂ ਨਾਲ ਖੜੀ ਹੈ। ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਬਹੁਤ ਵਾਰ ਕਹਿ ਚੁੱਕੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ, ਕੁਦਰਤ ਦੇ ਮੂਹਰੇ ਜ਼ੋਰ ਨਹੀਂ, ਲੇਕਿਨ ਜਿਹੜਾ ਇੱਥੇ ਦਾ ਪ੍ਰਬੰਧ ਆ ਉਹ 'ਚ ਅਸੀਂ ਕੋਈ ਘਾਟ ਨਹੀਂ ਆਣ ਦੇਵਾਂਗੇ। ਕਿਸਾਨਾਂ ਨੂੰ ਇੱਥੇ ਬੈਠਣਾ ਨਹੀਂ ਪਊਗਾ, ਉਹਨਾਂ ਨੂੰ ਪਾਣੀ ਦਾ, ਛਾਂ ਦਾ ਸਾਰਾ ਪ੍ਰਬੰਧ ਕੀਤੇ ਗਏ ਨੇ, ਨਾਲ ਦੀ ਨਾਲ ਤੋਲ ਹੋਊਗਾ ਉਹਨਾਂ ਦਾ। ਅਤੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿਸਾਨ ਵੀਰਾਂ ਨੂੰ ਵੀ ਕਿ ਜਿਹੜੀ ਆਪਾਂ ਕਈ ਵਾਰ ਸਾਡੇ ਕੰਬਾਈਨ ਵਾਲੇ ਆ ਜਾਂਦੇ ਹਾਂ, ਗਿੱਲੀ ਕਣਕ ਵੱਢ ਲੈਂਦੇ ਹਾਂ, ਉਹਦੇ ਨਾਲ ਦੇਖੋ ਉਹਨਾਂ ਨੂੰ ਵੀ ਹੈਰਾਨ ਹੁੰਦਾ ਪੈਂਦਾ ਅਤੇ ਸਾਡੇ ਆੜ੍ਹਤੀ ਵੀ ਹੈਰਾਨ ਹੁੰਦੇ ਆ। ਸਾਰਾ ਸਿਸਟਮ ਅਸੀਂ ਅਫਸਰ ਸਾਹਿਬਾਨਾਂ ਦੇ ਗਲ ਪੈਂਦੇ ਵੀ ਸਾਡਾ ਕਿਸਾਨ ਬੈਠਾ ਹੈ, ਉਹ ਥੋੜ੍ਹਾ ਜਿਹਾ ਸਾਰੇ ਆਪਾਂ ਸੋਚ ਸਮਝ ਕੇ ਸੁੱਕੀ ਕਣਕ ਲੈ ਕੇ ਆਈਏ ਤਾਂ ਕਿ ਨਾਲ ਦੀ ਨਾਲ ਅਸੀਂ ਵਿਹਲੇ ਹੋ ਜਾਈਏ। ਦੇਖੋ ਇਹ ਸਪਸ਼ਟ ਅਸੀਂ ਸਾਰੀ ਸੰਗਤ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਸੁਨੇਹਾ ਦਿੱਤਾ ਅਫਸਰ ਸਾਹਿਬਾਨਾਂ ਨੂੰ ਕਿ ਸਾਡੇ ਤੁਸੀਂ, ਅਸੀਂ ਤੁਹਾਡਾ ਇਸ ਗੱਲੋਂ ਸਤਿਕਾਰ ਕਰਦੇ ਹਾਂ ਜੇ ਤੁਸੀਂ ਇਮਾਨਦਾਰੀ ਨਾਲ ਕੰਮ ਕਰੋਗੇ। ਜਿੱਥੇ ਕਰਪਸ਼ਨ ਦੀ ਬੋਹ ਆ ਗਈ, ਕਰਪਸ਼ਨ ਦੀ ਸਾਨੂੰ ਸ਼ਿਕਾਇਤ ਆ ਗਈ, ਤੁਹਾਡੇ ਨਾਲ ਅਸੀਂ ਨਾਲ ਦੀ ਨਾਲ ਤੁਹਾਡੇ ਖਿਲਾਫ਼ ਕਾਰਵਾਈ ਕਰਾਂਗੇ, ਤੁਹਾਡੇ ਨਾਲ ਖੜ੍ਹਨ ਦੀ ਗਲਤਾਂ ਦੂਰ ਇੱਕ ਇੰਚ ਵੀ ਤੁਹਾਡਾ ਸਾਥ ਨਹੀਂ ਅਸੀਂ ਦੇਵਾਂਗੇ, ਔਰ ਨਾਲ ਦੀ ਨਾਲ ਕਾਰਵਾਈ ਕਰਾ ਕੇ, ਸਸਪੈਂਡ ਕਰਾ ਕੇ, ਡਿਸਮਿਸ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ, ਕਿਉਂਕਿ ਇਹ ਲੋਕਾਂ ਦੀ ਸਰਕਾਰ ਹੈ। ਮੇਨ ਮੁੱਦਾ ਸਾਡਾ ਕਰਪਸ਼ਨ ਸੀ, ਅਸੀਂ ਪੰਜਾਬ ਦੇ ਵਿੱਚ ਉਹ ਕਰਪਸ਼ਨ ਨੂੰ ਖਤਮ ਕਰਨਾ, ਔਰ ਜਿੱਥੇ ਕਿਤੇ ਵੀ ਸਾਨੂੰ ਕਰਪਸ਼ਨ ਦੀ ਗੱਲ ਆ ਗਈ ਤਾਂ ਕੋਈ ਸਮਝੌਤਾ ਆਮ ਆਦਮੀ ਪਾਰਟੀ ਸਰਕਾਰ ਨਹੀਂ ਕਰੂਗੀ। ਕਣਕ ਦੇ ਸੀਜ਼ਨ ਦੀ ਸ਼ੁਰੂਆਤ ਜਿਹੜੀ ਹੈ ਜੀ, ਅਨਾਜ ਮੰਡੀ ਸਰਹੰਦ ਦੇ ਵਿੱਚ MLA ਸਾਹਿਬ ਨੇ, ਸਰ ਲਖਵੀਰ ਸਿੰਘ ਰਾਏ ਉਹਨਾਂ ਨੇ ਕਰਾਈ ਹੈ, ਸਾਡੇ ਆਫੀਸਰ ਸਾਹਿਬਾਨ, SDM ਸਾਹਿਬ ਅਤੇ ਮਹਿਕਮੇ ਨਾਲ ਸੰਬੰਧਿਤ ਸਾਰੇ ਅਫਸਰ, ਇੰਸਪੈਕਟਰ ਸਾਹਿਬਾਨ ਸਾਰੇ ਆਏ ਨੇ। ਸਪਸ਼ਟ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਇਹ ਸਰਕਾਰ ਜਿਹੜੀ ਹੈ ਕਿਸਾਨਾਂ ਦੀ, ਮਜ਼ਦੂਰਾਂ ਦੀ, ਆੜ੍ਹਤੀਆਂ ਦੀ, ਸਾਰਿਆਂ ਦੀ ਸਰਕਾਰ ਹੈ ਅਤੇ ਸਾਰਿਆਂ ਨੂੰ ਮਿਲ ਕੇ ਕੋਆਰਡੀਨੇਸ਼ਨ ਨਾਲ ਇੱਕ ਦੂਜੇ ਵਾਸਤੇ ਕੰਮ ਕਰਨਾ ਚਾਹੀਦਾ, ਕਿਸੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ। ਕਿਸਾਨਾਂ ਨੂੰ ਅਪੀਲ MLA ਸਾਹਿਬ ਨੇ ਵੀ ਕੀਤੀ ਹੈ ਅਤੇ ਮੈਂ ਵੀ ਇਹੀ ਕਰਦਾ ਕਿ ਮਾਲ ਕੋਸ਼ਿਸ਼ ਕਰੋ ਵੱਧ ਤੋਂ ਵੱਧ ਕੇ ਛੇਤੀ ਕਾਹਲੀ ਨਾ ਕਰੋ, ਸੁਕਾ ਕੇ ਲਿਆਓ ਮੰਡੀ ਦੇ ਵਿੱਚ ਤਾਂ ਜੋ ਕਿਸੇ ਤਰ੍ਹਾਂ ਦੀ ਤੰਗੀ ਨਾ ਸਕੇ। ਧੰਨਵਾਦ। ਲਾਈਕ ਤੇਜ਼ ਚੈਨਲ ਦੇ ਲਈ ਰੰਜਨਾ ਸ਼ਾਹੀ ਦੀ ਸਰਹੰਦ ਤੋਂ ਵਿਸ਼ੇਸ਼ ਰਿਪੋਰਟ।